ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਸਭ ਤੋਂ ਵੱਡੇ ਸਟਾਰ ਧਨੀ ਰਾਮ ਦੀ, ਯਾਨੀ ਕਿ ਅਮਰ ਸਿੰਘ ਚਮਕੀਲੇ ਦੀ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਨਾਮ ਵੀ ਨਹੀਂ ਪਤਾ ਹੋਏਗਾ ਕਿ ਇਹਨਾਂ ਦਾ ਅਸਲੀ ਨਾਮ ਅਮਰ ਸਿੰਘ ਚਮਕੀਲਾ ਨਹੀਂ ਧਨੀ ਰਾਮ ਸੀ। ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਚਮਕੀਲੇ ਦੀ ਜਿੱਥੇ ਮੌਤ ਹੋਈ ਆ, ਕਿੱਥੇ ਉਹਨਾਂ ਨੇ ਬਹਿ ਕੇ ਰੋਟੀ ਖਾਧੀ ਅਤੇ ਕਿੱਥੇ ਜਾ ਕੇ ਉਹਨਾਂ ਦੀ ਮੌਤ ਹੋਈ ਅਤੇ ਕਿੱਥੇ ਉਹਨਾਂ ਦੇ ਗੋਲੀਆਂ ਵੱਜੀਆਂ, ਸਾਰਾ ਕੁਝ ਦੱਸਾਂਗੇ ਇਸ ਵੀਡੀਓ ਦੇ ਵਿੱਚ। ਕਿਵੇਂ ਉਹ ਜਰਾਬਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦੇ ਕਰਦੇ ਬਣੇ ਪੂਰੀ ਦੁਨੀਆ ਦੇ ਚੋਟੀ ਦੇ ਸਟਾਰ ਅਤੇ ਵਰਲਡ ਰਿਕਾਰਡ ਆਪਣੇ ਨਾਮ ਕਰ ਲਿਆ। ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਕੈਸਟਾਂ ਅਮਰ ਸਿੰਘ ਚਮਕੀਲੇ ਦੀਆਂ ਵਿਕੀਆਂ ਨੇ, ਉਨੀਆਂ ਕੈਸਟਾਂ ਕਿਸੇ ਵੀ ਸਿੰਗਰ ਦੀਆਂ ਅੱਜ ਤੱਕ ਨਹੀਂ ਵਿਕੀਆਂ। ਜਿਹੜੇ ਟਾਈਮ ਦੇ ਵਿੱਚ ਲੋਕ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰਦੇ ਸੀਗੇ, ਉਹ ਟਾਈਮ ਦੇ ਵਿੱਚ ਅਮਰ ਸਿੰਘ ਚਮਕੀਲੇ ਨੇ 411 ਸ਼ੋਅ ਲਾਏ ਸੀ ਸਿਰਫ 11 ਮਹੀਨੇ ਦੇ ਵਿੱਚ। ਯਾਨੀ ਕਿ ਇੱਕ ਮਹੀਨੇ ਦੇ ਵਿੱਚ ਲਗਭਗ 37 ਸ਼ੋਅ ਲੱਗਦੇ ਸੀ। ਇੱਕ ਦਿਨ ਦੇ ਵਿੱਚ ਉਹਨਾਂ ਨੇ 3-3 ਸ਼ੋਅ ਵੀ ਲਾ। ਲੋਕ ਆਪਣੇ ਵਿਆਹ ਦੀ ਡੇਟ ਉਹਨਾਂ ਦੀ ਬੁਕਿੰਗ ਡੇਟ ਦੇ ਹਿਸਾਬ ਦੇ ਨਾਲ ਰੱਖਦੇ ਸੀਗੇ। ਜੇ ਕਿਸੇ ਇਨਸਾਨ ਦਾ ਵਿਆਹ ਹੋਣ ਵਾਲਾ ਗਾ ਤਾਂ ਉਹਨਾਂ ਨੇ ਚਮਕੀਲੇ ਕੋਲ ਜਾਂਦੇ ਅਤੇ ਪੁੱਛਦੇ ਤੁਹਾਡੀ ਕਿਹੜੇ ਮਹੀਨੇ ਦੀ ਕਿਹੜੀ ਡੇਟ ਫ੍ਰੀ ਆ, ਤਾਂ ਉਸ ਹਿਸਾਬ ਦੇ ਨਾਲ ਹੀ ਵਿਆਹ ਦੀ ਤਰੀਕ ਰੱਖੀ ਜਾਂਦੀ। ਉਸੇ ਦਿਨ ਹੀ ਵਿਆਹ ਹੁੰਦਾ, ਉਸੇ ਦਿਨ ਹੀ ਚਮਕੀਲੇ ਦਾ ਅਖਾੜਾ ਲੱਗਦਾ ਉਹਨਾਂ ਦੇ ਘਰ ਦੇ ਵਿੱਚ। ਨਾਲ ਇਸ ਵੀਡੀਓ ਦੇ ਵਿੱਚ ਆਪਾਂ ਚਮਕੀਲਾ ਮੂਵੀ ਦਾ ਰਿਵਿਊ ਵੀ ਕਰਾਂਗੇ। ਜਿਹੜੀ ਦਲਜੀਤ ਦੋਸਾਂਝ ਅਤੇ ਇਮਤਿਆਜ਼ ਅਲੀ ਦੀ ਫਿਲਮ ਆਈ ਹੈਗੀ, ਉਹਦੇ ਵਿੱਚ ਦਲਜੀਤ ਦੋਸਾਂਝ ਨੇ ਕਿਵੇਂ ਕੰਮ ਕੀਤਾ ਕਿ ਸੱਚੀ ਮੁੱਚੀ ਉਹ ਜਿਹੜਾ ਚਮਕੀਲੇ ਦਾ ਕਰੈਕਟਰ ਨੂੰ ਨਿਭਾਉਣ ਦੇ ਵਿੱਚ ਕਾਮਯਾਬ ਹੋ ਪਾਏ ਨੇ ਜਾਂ ਫਿਰ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਹੋਪ ਸੋ ਸਾਰੇ ਜਾਣੇ ਠੀਕ ਹੋਵੋਗੇ। ਧਨੀ ਰਾਮ ਯਾਨੀ ਕਿ ਅਮਰ ਸਿੰਘ ਚਮਕੀਲਾ ਇੱਕ ਜਰਾਬਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਜਿੱਥੇ ਜਰਾਬਾਂ ਬਣਾਈਆਂ ਜਾਂਦੀਆਂ ਸੀ, ਅਤੇ ਉਹ ਸ਼ੁਰੂ ਤੋਂ ਇਹ ਸੋਚਦੇ ਸੀ ਕਿ ਮੈਂ ਵੱਡਾ ਸਿੰਗਰ ਬਣਨਾ। ਉਹ ਖੂਹ ਦੇ ਕੋਲ ਬਹਿ ਕੇ ਤੂੰਬੀ ਵਜਾ ਕੇ ਆਪਣਾ ਰਿਆਜ਼ ਕਰਦੇ ਸੀਗੇ, ਕਿਉਂਕਿ ਖੂਹ ਦੇ ਵਿੱਚ ਜਿਹੜੀ ਇੱਕੋ ਦੀ ਆਵਾਜ਼ ਆਉਂਦੀ ਉਹ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ, ਉਹਦੇ ਨਾਲ ਆਪਣਾ ਰਿਆਜ਼ ਕਰਦੇ ਸੀਗੇ ਜਾ ਕੇ। ਜਦੋਂ ਲੁਧਿਆਣੇ ਸ਼ਹਿਰ ਦੇ ਵਿੱਚ ਜਾਂਦੇ ਨੇਗੇ, ਉੱਥੇ ਜਾ ਕੇ ਪਤਾ ਕਰਦੇ ਨੇ ਕਿ ਕਿਹੜਾ ਜਿਹੜਾ ਸਟਾਰ ਆ ਗਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਚੋਟੀ 'ਤੇ ਚੱਲ ਰਿਹਾ, ਤਾਂ ਲੋਕਾਂ ਨੂੰ ਕਹਿੰਦੇ ਨੇ ਕਿ ਸੁਰਿੰਦਰ ਸ਼ਿੰਦਾ ਅੱਜ ਦੇ ਟਾਈਮ ਦੇ ਵਿੱਚ ਚੋਟੀ 'ਤੇ ਚੱਲ ਰਿਹਾ, ਅਤੇ ਉਹਦੇ ਕੋਲ ਜਾਂਦੇ ਨੇ ਅਤੇ ਉਹਨਾਂ ਦੇ ਸ਼ਿਗਿਰਦ ਬਣ ਜਾਂਦੇ ਨੇ, ਉਹਨਾਂ ਤੋਂ ਕੰਮ ਸਿੱਖਣ ਲੱਗ ਜਾਂਦੇ ਨੇ। ਇੱਕ ਵਾਰ ਕੀ ਹੁੰਦਾ, ਚੰਡੀਗੜ੍ਹ ਸ਼ੋਅ ਹੁੰਦਾ ਹੈਗਾ ਸੁਰਿੰਦਰ ਸ਼ਿੰਦੇ ਦਾ, ਉੱਥੇ ਸੁਰਿੰਦਰ ਸ਼ਿੰਦਾ ਟਾਈਮ 'ਤੇ ਪਹੁੰਚ ਨਹੀਂ ਪਾਉਂਦੇ, ਅਤੇ ਉੱਥੇ ਚਮਕੀਲਾ ਜਿਹੜਾ ਪਿੱਛੇ ਖੜ ਕੇ ਕੋਰਸ ਕਰਦਾ ਹੁੰਦਾ ਸੀਗਾ, ਉਹਨੂੰ ਮੂਹਰੇ ਲੈ ਕੇ ਆਇਆ ਜਾਂਦਾ ਕਿ ਅੱਜ ਟਾਈਮ ਅੱਜ ਤੂੰ ਗਾ ਇਹਨਾਂ ਲੋਕਾਂ ਨੂੰ ਰੋਕ ਕਿ ਇਹ ਲੋਕ ਆਂਡੇ ਟਮਾਟਰ ਨਾ ਮਾਰਨ, ਮਤਲਬ ਰੌਲਾ ਨਾ ਪਾਉਣ, ਜਿੰਨਾ ਚਿਰ ਸੁਰਿੰਦਰ ਸ਼ਿੰਦਾ ਉਰੇ ਆਉਂਦਾ ਨੇ ਉਨਾ ਟਾਈਮ ਤੂੰ ਗਾ। ਅਤੇ ਜਦੋਂ ਉੱਥੇ ਚਮਕੀਲਾ ਗਾਉਂਦੇ ਨੇਗੇ ਅਤੇ ਲੋਕ ਉਹਨਾਂ ਦੀ ਆਵਾਜ਼ 'ਤੇ ਉਹਨਾਂ ਦੇ ਗਾਣੇ ਦੇ ਮੁਰੀਦ ਹੋ ਜਾਂਦੇ ਨੇ, ਅਤੇ ਜਦੋਂ ਸੁਰਿੰਦਰ ਸ਼ਿੰਦਾ ਸਟੇਜ 'ਤੇ ਆਉਂਦੇ ਨੇ ਤਾਂ ਲੋਕ ਚਮਕੀਲਾ 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 ਕਰਨ ਲੱਗ ਜਾਂਦੇ ਨੇ ਕਿ ਅਸੀਂ ਸੋਨਾ ਚਮਕੀਲੇ ਨੂੰ ਤੂੰ ਸਾਈਡ 'ਤੇ ਹੋਇਆ। ਜਿਵੇਂ ਮੂਵੀ ਦੇ ਵਿੱਚ ਦਿਖਾਇਆ ਗਿਆ, ਮੈਂ ਉਹਦੇ ਹਿਸਾਬ ਦੇ ਨਾਲ ਗੱਲ ਕਰ ਰਿਹਾ ਕਿ ਸੁਰਿੰਦਰ ਸ਼ਿੰਦਾ ਉਹਦੇ ਵਿੱਚ ਤਾਂ ਪਹਿਲੀ ਗੱਲ ਸੁਰਿੰਦਰ ਸ਼ਿੰਦੇ ਦਾ ਨਾਮ ਹੀ ਜਤਿੰਦਰ ਜਿੰਦਾ ਰੱਖਿਆ ਗਿਆ, ਕਿਉਂਕਿ ਡਾਇਰੈਕਸ਼ਨ ਸਿੱਧਾ ਡਾਇਰੈਕਟਲੀ ਨਾਮ ਨਹੀਂ ਲੈ ਸਕਦੇ ਕਾਪੀਰਾਈਟ ਦੇ ਚੱਕਰ 'ਚ, ਤਾਂ ਕਰਕੇ ਉਹਨਾਂ ਨੇ ਜਤਿੰਦਰ ਜਿੰਦਾ ਰੱਖਿਆ ਗਿਆ, ਫਿਲਮ ਦੇ ਵਿੱਚ ਨਾਮ ਸੁਰਿੰਦਰ ਸ਼ਿੰਦਾ ਜੀ ਦਾ। ਦਿਖਾਇਆ ਜਾਂਦਾ ਕਿ ਸੁਰਿੰਦਰ ਸ਼ਿੰਦਾ ਉਹਨਾਂ ਤੋਂ ਜੈਲਸੀ ਕਰਨ ਲੱਗ ਜਾਂਦੇ ਨੇਗੇ, ਜਿਵੇਂ ਸ਼ੋਅ 'ਤੇ ਜਾਂਦੇ ਨੇ ਸੁਰਿੰਦਰ ਸ਼ਿੰਦਾ ਉਹ ਸ਼ੋਆਂ 'ਚ ਪਿੱਛੇ ਕਰਨ ਲੱਗ ਜਾਂਦੇ ਨੇ, ਕੋਰਸ ਤੋਂ ਵੀ ਪਿੱਛੇ ਬਿਠਾਉਣ ਲੱਗ ਜਾਂਦੇ ਨੇ, ਮਤਲਬ ਆਮ ਜਿਹੜਾ ਮਾੜਾ ਮੋਟਾ ਕੰਮ ਹੁੰਦਾ ਉਹ 'ਤੇ ਲਾ ਦਿੰਦੇ ਨੇ। ਉਸ ਤੋਂ ਬਾਅਦ ਉਹਨੂੰ ਬੁਕਿੰਗ 'ਤੇ ਲਾ ਦਿੰਦੇ ਨੇ ਵੀ ਤੂੰ ਦਫ਼ਤਰ 'ਚ ਹੀ ਬੈਠ, ਉੱਥੇ ਸ਼ੋਅ ਜੇ ਕੋਈ ਬੁੱਕ ਕਰਾਉਣਾ ਉਹ ਬੁੱਕ ਕਰ, ਤੇਰਾ ਸਟੇਜ 'ਤੇ ਕੋਈ ਕੰਮ ਹੀ ਨਹੀਂ ਹੈਗਾ। ਉਸ ਤੋਂ ਬਾਅਦ ਸੁਰਿੰਦਰ ਸ਼ਿੰਦਾ ਜੀ ਚਲੇ ਜਾਂਦੇ ਨੇਗੇ ਕੈਨੇਡਾ। ਕੈਨੇਡਾ ਜਾਣ ਤੋਂ ਬਾਅਦ ਜਿਹੜੇ ਉਹਨਾਂ ਦੇ ਸਪੌਂਸਰ ਹੁੰਦੇ ਨੇਗੇ, ਉਹਨਾਂ ਨੂੰ ਚਮਕੀਲੇ ਦੀ ਆਵਾਜ਼ ਬਹੁਤ ਵਧੀਆ ਲੱਗਦੀ ਹੈਗੀ, ਅਤੇ ਉਹਨਾਂ ਦੇ ਗਾਣੇ ਰਿਕਾਰਡ ਕਰਵਾਉਂਦੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਚਮਕੀਲਾ ਹਿੱਟ ਹੁੰਦਾ ਜਾਂਦਾ, ਪਹਿਲੀ ਐਲਬਮ ਆਉਂਦੀ ਆ ਹਿੱਟ, ਦੂਜੀ ਐਲਬਮ ਆਉਂਦੀ ਆ ਹਿੱਟ ਹੋ ਜਾਂਦੀ ਆ। ਸਭ ਤੋਂ ਵੱਡੀ ਦਿੱਕਤ ਆਉਂਦੀ ਸੀ ਕਿ ਨਾਲ ਜਿਹੜੀ ਗਾਇਕਾ ਸੀਗੀ ਉਹ ਘੱਟ ਮਿਲਦੀਆਂ ਸੀ ਉਹਨਾਂ ਨੂੰ, ਇੱਕ ਅੱਧੀ ਮਿਲਦੀ ਸੀਗੀ, ਉਹ ਵੀ ਇੱਕ ਅੱਧਾ ਸ਼ੋਅ ਲਗਾ ਕੇ ਚਲੀ ਜਾਂਦੀ ਸੀ। ਪਹਿਲਾ ਕਾਰਨ ਇਹ ਸੀਗਾ ਕਿ ਚਮਕੀਲੇ ਦੇ ਜਿਹੜੇ ਗਾਣੇ ਸੀਗੇ ਉਹ ਇਸ ਟਾਈਪ ਦੇ ਸੀਗੇ ਕਿ ਕੋਈ ਵੀ ਔਰਤ ਉੱਥੇ ਜਦੋਂ ਗਾਉਂਦੀ ਸੀ ਉਹਨੂੰ ਸ਼ਰਮ ਮਹਿਸੂਸ ਹੁੰਦੀ ਸੀ। ਦੂਸਰਾ ਕਾਰਨ ਸੀ ਕਿ ਚਮਕੀਲਾ ਬਹੁਤ ਵੱਡੀ ਹੇਕ 'ਤੇ ਲਾਉਂਦਾ ਸੀ, ਬਹੁਤ ਵੱਡੇ ਇੱਕ ਸਕੇਲ ਦੇ ਉੱਤੇ ਗਾਉਂਦਾ ਸੀਗਾ, ਤਾਂ ਕਰਕੇ ਉਹਨੂੰ ਮੈਚ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਜਾਂ ਕਹਿ ਲਓ ਕਿ ਖਾਲਾ ਜੀ ਦਾ ਵੜਾ ਨਹੀਂ। ਇਕੱਲੇ ਉਹਨਾਂ ਦੇ ਗਾਣੇ ਹੀ ਨਹੀਂ ਮਸ਼ਹੂਰ ਸੀ,
ਲੋਕ ਉਹਨਾਂ ਦੀ ਆਵਾਜ਼ ਦੇ ਵੀ ਮਰੀਜ਼ ਸੀ ਚਮਕੀਲੇ। ਉਸ ਵਕਤ ਚਮਕੀਲਾ ਆਪਣੇ ਸਾਰੇ ਸਾਥੀਆਂ ਨੂੰ ਕਹਿੰਦਾ ਕਿ ਸਾਨੂੰ ਇੱਕ ਗਾਇਕਾ ਦੀ ਲੋੜ ਆ, ਤਾਂ ਮਾਣਕ ਜੀ ਉਹਨਾਂ ਨੂੰ ਰਿਕਮੈਂਡ ਕਰਦੇ ਨੇ, ਕੁਲਦੀਪ ਮਾਣਕ ਜੀ ਇੱਕ ਔਰਤ ਦਾ ਰਿਕਮੈਂਡੇਸ਼ਨ ਉਹਨਾਂ ਕੋਲ ਭੇਜਦੇ ਨੇ, ਔਰਤ ਨੂੰ ਭੇਜਦੇ ਨੇ ਕਿ ਜਾ ਤੂੰ ਚਮਕੀਲੇ ਨੂੰ ਮਿਲ ਕੇ ਆ, ਹੋ ਸਕਦਾ ਚਮਕੀਲਾ ਤੈਨੂੰ ਆਪਣੇ ਨਾਲ ਗਾਉਣ ਦੇ ਲਈ ਰੱਖ ਲਏ। ਉਹ ਸੀਗੀ ਸਾਰਿਆਂ ਦੀ ਚਹੇਤੀ ਅਮਰਜੋਤ ਕੌਰ। ਅਮਰਜੋਤ ਕੌਰ ਉਹੀ ਆ ਜਿਹਦੇ ਨਾਲ ਚਮਕੀਲੇ ਦਾ ਵਿਆਹ ਹੋਇਆ ਸੀਗਾ। ਅਮਰਜੋਤ ਦੂਜੀ ਵਾਈਫ ਸੀ ਚਮਕੀਲੇ ਦੀ, ਜਿਹੜਾ ਪਹਿਲਾ ਵਿਆਹ ਹੋਇਆ ਸੀ ਚਮਕੀਲੇ ਤੋਂ ਪਹਿਲੀ ਹੋਇਆ ਹੋਇਆ ਸੀ। ਬਚਪਨ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਬਚਪਨ ਦੇ ਵਿੱਚ ਚਮਕੀਲੇ ਦਾ ਵਿਆਹ ਹੋ ਗਿਆ ਸੀ। ਉਹ ਸਿੱਧਾ ਭੱਜ ਕੇ ਵਿਆਹ ਕਰਵਾ ਲੈਂਦਾ ਅਮਰਜੋਤ ਦੇ ਨਾਲ, ਕਿਉਂਕਿ ਅਮਰਜੋਤ ਦੇ ਜਿਹੜੇ ਪੇਰੈਂਟਸ ਸੀਗੇ ਉਹ ਮੰਨ ਨਹੀਂ ਰਹੇ ਸੀ ਚਮਕੀਲੇ ਦੇ ਵਿਆਹ ਦੇ ਲਈ। ਜਦੋਂ ਉਹਨਾਂ ਦੋਹਾਂ ਦਾ ਵਿਆਹ ਹੋ ਜਾਂਦਾ, ਫਿਰ ਉਹਨਾਂ ਦੀ ਜੋੜੀ ਹੋਰ ਸੈੱਟ ਹੋ ਜਾਂਦੀ ਹੈਗੀ। ਉਸ ਤੋਂ ਬਾਅਦ ਚਮਕੀਲਾ ਦਿਨ ਬ ਦਿਨ ਹਿੱਟ ਹੁੰਦਾ ਜਾਂਦਾ ਗਾ। ਜਿਹੜੇ ਬਾਕੀ ਸਿੰਗਰ ਹੁੰਦੇ ਨੇਗੇ ਉਸ ਟਾਈਮ ਦੇ ਹਿੱਟ ਸਿੰਗਰ ਹੁੰਦੇ ਨੇਗੇ, ਤਾਂ ਉਹ ਚਮਕੀਲੇ ਤੋਂ ਜੈਲਸੀ ਕਰਨ ਲੱਗ ਜਾਂਦੇ ਨੇ। ਕਹਿ ਦਿੰਦੇ ਨੇ ਕਿ ਚਮਕੀਲਾ ਦਿਨ ਦੇ ਵਿੱਚ ਤਿੰਨ ਤਿੰਨ ਸ਼ੋਅ ਲਗਾ ਰਿਹਾ ਹੈ, ਆਏ ਨਹੀਂ ਹੈਗਾ ਕਿ ਇੱਕ ਅੱਧਾ ਸ਼ੋਅ ਛੱਡ ਦੇ ਕਿ ਸਾਡੇ ਵੱਲੇ ਵੀ ਆ ਜਾਏ। ਕਿਉਂਕਿ ਚਮਕੀਲੇ ਲੋਕ ਪਿਆਰ ਹੀ ਇੰਨਾ ਕਰਦੇ ਸੀ, ਬੁੜੇ ਕੀ ਬਜ਼ੁਰਗ ਕੀ ਮੁਟਿਆਰ ਕੀ ਮੁੰਡੇ ਕੀ ਬੁੜੇ ਕੀ ਸਾਰੇ ਚਮਕੀਲੇ ਦੇ ਗਾਣੇ ਸੁਣਦੇ ਸੀ ਉਸ ਟਾਈਮ ਦੇ ਵਿੱਚ। ਐਵੇਂ ਤਾਂ ਨਹੀਂ ਵਰਲਡ ਰਿਕਾਰਡ ਬਣਾਇਆ ਚਮਕੀਲੇ ਨੇ, ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਕੈਸਟਾਂ ਚਮਕੀਲੇ ਦੀਆਂ ਸੇਲ ਹੋਈਆਂ ਅੱਜ ਤੱਕ ਕਿਸੇ ਵੀ ਸਿੰਗਰ ਦੀਆਂ ਨਹੀਂ ਹੋਈਆਂ ਨਾ ਹੋਣਗੀਆਂ। ਆ ਜਿਹੜੇ ਮੈਂ ਬਾਕੀ ਸਿੰਗਰਾਂ ਦੀ ਗੱਲ ਕੀਤੀ ਹੈ ਕਿ ਉਸ ਟਾਈਮ 'ਤੇ ਹਿੱਟ ਸਿੰਗਰ ਸੀ, ਉਹ ਕਈ ਵਾਰ ਜਿਹਨਾਂ ਦਾ ਸ਼ੋਅ ਲੱਗ ਵੀ ਜਾਂਦਾ ਆਪਣੇ ਸ਼ੋਅ ਦੇ ਵਿੱਚ, ਉਹ ਬਕਾਇਦਾ ਇਹ ਗੱਲ ਕਹਿੰਦੇ ਕਿ ਅਸੀਂ ਗੰਦੇ ਗਾਣੇ ਨਹੀਂ ਗਾਉਂਦੇ, ਜੇ ਤੁਸੀਂ ਗੰਦੇ ਗਾਣੇ ਸੁਣਨੇ ਹੈਗੇ ਤਾਂ ਇਹੋ ਜਿਹੇ ਕਿਸੇ ਲੱਚਰ ਗੀਤ ਨੂੰ ਗਾਇਕ ਨੂੰ ਬੁਲਾ ਲਓ। ਅਸੀਂ ਉਹ ਸਿੱਧਾ ਟਾਰਗੇਟ ਕਰਦੇ ਸੀ ਚਮਕੀਲੇ ਨੂੰ, ਤਾਂ ਵੀ ਚਮਕੀਲੇ ਦੀ ਚੜ੍ਹਾਈ ਦਿਨ ਬ ਦਿਨ ਵੱਧ ਜਾਂਦੀ ਸੀ। ਚਮਕੀਲੇ ਨੂੰ ਵਾਰਨ ਕੀਤਾ ਗਿਆ ਖਾੜਕੂਆਂ ਵੱਲੋਂ ਕਿ ਤੂੰ ਗੰਦੇ ਗਾਣੇ ਨਾ ਗਾ, ਤੂੰ ਧਾਰਮਿਕ ਗਾ। ਉਸ ਤੋਂ ਬਾਅਦ ਚਮਕੀਲਾ ਚੰਗੇ ਗਾਣੇ ਗਾਉਣ ਲੱਗ ਜਾਂਦਾ ਗਾ, ਬੜੇ ਗਾਣੇ ਆਉਂਦੇ ਨੇ, ਸਾਥੋਂ ਬਾਬਾ ਖੋਲ ਯਾਤਰਾ ਦਾ, ਇੱਦਾਂ ਦੇ ਬਹੁਤ ਸਾਰੇ ਗਾਣੇ ਆਉਂਦੇ ਨੇ ਚਮਕੀਲੇ ਦੇ ਧਾਰਮਿਕ। ਅਤੇ ਇਹ ਗੱਲ ਵੀ ਕਹਿੰਦਾ ਕਿ ਮੇਰੇ ਹੁਣ ਤੱਕ ਜਿੰਨੇ ਮੈਂ ਗੰਦੇ ਗਾਣੇ ਗਾਏ ਨੇਗੇ, ਮੇਰੇ ਰਿਲੀਜ਼ ਹੋਏ ਨੇ ਕੈਸਟਾਂ, ਅੱਜ ਤੋਂ ਬਾਅਦ ਮੈਂ ਕੋਈ ਵੀ ਗੰਦਾ ਗਾਣਾ ਨਹੀਂ ਗਾਊਂਗਾ। ਹਾਂ, ਮੇਰੀ ਇੱਕ ਕੈਸਟ ਹੈਗੀ ਜਿਹੜੀ ਕੰਪਨੀ ਦੇ ਕੋਲ ਪਈ ਆ, ਰਾਈਟਸ ਉਹਨਾਂ ਕੋਲ ਨੇ, ਉਹ ਰਿਲੀਜ਼ ਹੋਊਗੀ। ਉਹ ਰਿਲੀਜ਼ ਹੋ ਜਾਂਦਾ ਉਸ ਤੋਂ ਬਾਅਦ ਮੇਰੀ ਕੋਈ ਵੀ ਇਹੋ ਜਿਹਾ ਗਾਣਾ ਨਹੀਂ ਆਊਗਾ ਜਿਹੜਾ ਗੰਦਾ ਹੋਊਗਾ, ਮੈਂ ਸਿਰਫ ਧਾਰਮਿਕ ਗਾਣੇ ਹੀ ਗਾਊਂਗਾ। ਪਰ ਫਿਰ ਵੀ ਉਹ ਜਦੋਂ ਸ਼ੋਅ ਦੇ ਉੱਤੇ ਜਾਂਦੇ ਤਾਂ ਲੋਕ ਕਹਿੰਦੇ ਕਿ ਧਾਰਮਿਕ ਨਹੀਂ ਤੂੰ, ਚੱਕਵਾਂ ਸੁਣਾ ਚੱਕਵਾਂ ਸੁਣਾ ਚੱਕਵਾਂ ਸੁਣਾ। ਹਾਂ, ਸੱਚ ਇੱਕ ਗੱਲ ਹੋਰ, ਜਦੋਂ ਚਮਕੀਲੇ ਨੇ ਧਾਰਮਿਕ ਗਾਣਾ ਕੱਢਿਆ ਨਾ, ਜਿਹੜਾ ਧਾਰਮਿਕ ਗਾਣੇ ਸੀ ਉਹਨਾਂ ਨੇ ਹੀ ਰਿਕਾਰਡ ਬਣਾਏ ਸੀ, ਉਹਨਾਂ ਦੀ ਜਿਹੜਾ ਰੈਵਨਿਊ ਸੀ ਪੈਸਾ ਸੀਗਾ ਉਹ ਸਾਰੀਆਂ ਕੈਸਟਾਂ ਇੱਕ ਪਾਸੇ, ਉਹ ਇੱਕ ਕੈਸਟ ਇੱਕ ਪਾਸੇ ਧਾਰਮਿਕ ਕੱਢੀ ਸੀ, ਉਦੋਂ ਜ਼ਿਆਦਾ ਪੈਸਾ ਮਿਲਿਆ ਸੀ ਚਮਕੀਲੇ ਨੂੰ, ਉਹ ਜ਼ਿਆਦਾ ਵਿਕੀ ਸੀਗੀ ਲੱਚਰ ਗਾਣਿਆਂ ਨਾਲ। ਜਦੋਂ ਚਮਕੀਲਾ ਅਖਾੜੇ 'ਤੇ ਜਾਂਦਾ, ਜਦੋਂ ਲੋਕ ਆਵਾਜ਼ਾਂ ਲਗਾਉਣ ਲੱਗ ਜਾਂਦੇ ਕੋਈ ਚੱਕਵਾਂ ਸੁਣਾ ਮਜਬੂਰੀ ਦੇ ਵਿੱਚ ਚਮਕੀਲੇ ਨੂੰ ਚੱਕਵਾਂ ਗਾਣਾ ਸੁਣਾਉਣਾ ਪੈਂਦਾ। ਅਤੇ ਫਿਲਮ ਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਬਹੁਤ ਸਾਰੇ ਲੋਕ ਚਮਕੀਲੇ ਦੇ ਘਰ ਆਉਂਦੇ, ਉਹਨਾਂ ਦੇ ਪੱਗਾਂ ਬੰਨੀਆਂ ਹੁੰਦੀਆਂ, ਹੱਥ ਦੇ ਵਿੱਚ ਦਨਾਲੀ ਹੁੰਦੀ ਚਮਕੀਲੇ ਦੇ ਘਰ ਆਉਂਦੇ। ਪਹਿਲਾਂ ਤਾਂ ਕਹਿੰਦੇ ਕਿ ਅਸੀਂ ਤੁਹਾਡੇ ਫੈਨ ਆਗੇ, ਬਾਅਦ 'ਚੋਂ ਕਹਿੰਦੇ ਕਿ ਤੂੰ ਗਲੱਚਰ ਗਾਣੇ ਗਾਉਣਾ ਗਾ, ਅਤੇ ਉਹਨਾਂ ਤੋਂ ਫਰੌਤੀ ਲੈ ਕੇ ਚਲੇ ਜਾਂਦੇ। ਬਹੁਤ ਸਾਰੀਆਂ ਫਰੌਤੀਆਂ ਦਿੱਤੀਆਂ ਚਮਕੀਲੇ ਨੇ ਆਪਣੇ ਟਾਈਮ ਦੇ ਵਿੱਚ। ਜੇ ਕੋਈ ਵੀ ਉਹਨਾਂ ਦੇ ਘਰ ਆ ਜਾਂਦਾ, ਕਹਿ ਦਿੰਦਾ ਕਿ ਮੈਂ ਇਹ ਕਰ ਦੂੰ, ਵਾਹ ਕਰ ਦੂੰ, ਗਲੱਚਰ ਗਾਣੇ ਗਾਉਣਾ, ਕਿਉਂਕਿ ਚਮਕੀਲਾ ਬਹੁਤ ਡਰਪੋਕ ਕਿਸਮ ਦਾ ਇਨਸਾਨ ਸੀ। ਡਰਪੋਕ ਕਹਿ ਲਓ ਜਾਂ ਫਿਰ ਕਹਿ ਲਓ, ਉਹ ਲੜਾਈ ਝਗੜੇ 'ਚ ਪੈਣਾ ਨਹੀਂ ਚਾਹੁੰਦਾ ਸੀ, ਉਹ ਆਪਣਾ ਸਿਰਫ ਕੰਮ ਕਰਨਾ ਚਾਹੁੰਦਾ ਸੀਗਾ, ਅਤੇ ਉਹ ਫਰੌਤੀ ਦੇ ਦਿੰਦਾ। ਆਖਿਰਕਾਰ ਉਹ ਮਾੜਾ ਦਿਨ ਆਉਂਦਾ ਗਾ 8/3/1988, ਜਿਸ ਦਿਨ ਚਮਕੀਲੇ ਦੀ ਮੌਤ ਹੋ ਜਾਂਦੀ ਆ। ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਚਮਕੀਲੇ ਨੇ ਇੱਕ ਵਿਆਹ 'ਤੇ ਸ਼ੋਅ ਲਾਉਣ ਗਿਆ ਸੀ, ਉਹ ਤੋਂ ਥੋੜ੍ਹੀ ਕੁ ਦੂਰ ਇੱਕ ਚੁਬਾਰਾ ਸੀ ਜਿਹਦੇ ਵਿੱਚ ਉਹ ਬਹਿ ਕੇ ਰੋਟੀ ਖਾ ਰਿਹਾ ਸੀਗਾ, ਅਤੇ ਜਦੋਂ ਰੋਟੀ ਖਾ ਰਿਹਾ ਸੀਗਾ, ਰੋਟੀ ਖਾਣ ਤੋਂ ਬਾਅਦ 2 ਵਜੇ ਉਹ ਆਪਣੀ ਗੱਡੀ ਲੈ ਕੇ ਉੱਥੋਂ ਨਿਕਲਦਾ, 2:07 'ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਹਿਲਾਂ ਅਮਰਜੋਤ ਜਦੋਂ ਗੱਡੀ 'ਚੋਂ ਨਿਕਲਦੀ ਆ, ਉਹਨਾਂ ਦੇ ਮੱਥੇ 'ਤੇ ਵੱਜਦੀ ਆ ਗੋਲੀ, ਅਤੇ ਜਦੋਂ ਚਮਕੀਲਾ ਉਹਨਾਂ ਦੇ ਮੂਹਰੇ ਹੁੰਦਾ ਗਾ, ਉਹ ਸਾਈਡ 'ਤੇ ਹੁੰਦਾ ਥੋੜ੍ਹਾ ਜਿਹਾ, ਅਤੇ ਚਮਕੀਲੇ ਦੇ ਪਿੱਛੇ ਧੌਣ ਦੇ ਉੱਤੇ ਗੋਲੀ ਵੱਜਦੀ ਤਾਂ ਦੋਨੇ ਇੱਕ ਟਾਈਮ 'ਤੇ ਖਤਮ ਹੋ ਜਾਂਦੇ ਨੇ। ਐਂ ਕਹਿ ਲਓ ਕਿ ਇੱਕ ਇਰਾ ਖਤਮ ਹੋ ਜਾਂਦਾ ਗਾ, ਇੱਕ ਮਿਊਜ਼ਿਕ ਜਗਤ ਦਾ ਬਹੁਤ ਵੱਡਾ ਚੋਟੀ ਦਾ ਸਟਾਰ ਖਤਮ ਹੋ ਜਾਂਦਾ। ਉਸ ਟਾਈਮ 'ਤੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਜਿਹੜੇ ਉਸ ਟਾਈਮ ਦੇ ਖਾੜਕੂਵਾਦ ਦੇ ਵਿੱਚ ਜਿਹੜਾ ਮੇਨ ਗਰੁੱਪ ਸੀਗੇ ਉਹਨਾਂ ਨੂੰ ਸੰਪਰਕ ਕੀਤਾ ਗਿਆ, ਤਾਂ ਉਹਨਾਂ ਨੇ ਸ਼੍ਰੇਆਮ ਕਿਹਾ ਕਿ ਇਹ ਕੰਮ ਸਾਡਾ ਨਹੀਂ, ਇਹ ਕੰਮ ਕਿਸੇ ਹੋਰ ਦਾ ਗਾ।
ਕਿਉਂਕਿ ਜਦੋਂ ਉਹ ਕੋਈ ਵੀ ਕੰਮ ਕਰਦੇ ਸੀਗੇ ਤਾਂ ਉਹਦੀ ਜ਼ਿੰਮੇਵਾਰੀ ਇੱਕ ਠੋਕ ਕੇ ਲੈਂਦੇ ਸੀ ਕਿ ਕੰਮ ਅਸੀਂ ਕੀਤਾ ਗਾ। ਉਸ ਟਾਈਮ ਦੇ ਕਿਸੇ ਵੀ ਗਰੁੱਪ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ, ਤਾਂ ਇਹ ਵੀ ਰਿਊਮਰਸ ਉੱਡ ਰਹੇ ਸੀ, ਅਫਵਾਹਾਂ ਉੱਡ ਰਹੀਆਂ ਸੀ ਕਿ ਜਿਹੜੇ ਸਿੰਗਰਾਂ ਦਾ ਕੰਮ ਠੱਪ ਹੋ ਗਿਆ ਸੀਗਾ ਉਹ ਸਾਰੇ ਸਿੰਗਰਾਂ ਨੇ ਰਲ ਕੇ ਚਮਕੀਲੇ ਨੂੰ